कल दोस्तों साडा टीवी यूएसए देख रहे सारी दर्शकों प्यार भरी सत श्री अकाल राम राम। दोस्तों अज आप मौजूद हाँ पिंड धर्मपुरा दे विचों, जिथे कि परसों मानयोग डीसी साहब ने इतने पिंड धर्मपुरा का दौरा रखिया सी लोगों के हाल चाल पूछने वास्ते, लोगों दी दुखां तकलीफां पूछने वास्ते। पर उत्थे हलका विधायक बल्लोवाणा के MLA साहब वो भी मौजूद होए, अमनदीप गोल्डी मुसाफिर जी। पर इस पिंड नूं उन्हां ने एक मंदभागा बयान दे के वो गए है, की है बयान सुनो। सारा पिंड ही है, सारा पिंड मैं तो मुंह से कहूंगा, सारा पिंड ब्लैकमेल का पिंड है थोड़ा, मैं थोड़े मुंह से कहना ब्लैकमेल का पिंड है थोड़ा, मैं थोड़े मुंह से कहना। कमां नूं छड्डो, आ जिहड़े शिकायतां करदे है, एक इत्थे आ के ही बड़े स्पैशलिस्ट है, इन्ने स्पैशलिस्ट तां ओह कानून बना लैणे नहीं जिन्ने इस पिंड च। फिर RTI ला ला के पैसे मंगते ने सानू, 2 लाख दे दो, 5 लाख दे दो, जिन्ना ये पिंड बदनाम है बल्लू वाले। MLA साहब ने कह के गए है, तुसी ए बजुर्गां दी गल सुनी है जिहड़े RTI इस पिंड नूं लाउंदे आ, ते MLA साहब दा कहना है कि RTI द्वारा इस पिंड च कम रोकिया जांदा है, RTI ला के उस तों बाद यह पैसे मंगते है। ਤਾਂ ਇਹਨਾਂ ਬਜ਼ੁਰਗਾਂ ਦੀ ਬਾਇਟ ਲਈ ਹੈ, ਇਹਨਾਂ ਬਜ਼ੁਰਗਾਂ ਨੂੰ ਪੁੱਛਿਆ ਗਿਆ ਹੈ ਕਿ ਤੁਸੀਂ ਕੀ ਪੈਸੇ ਮੰਗਦੇ ਹੋ, ਤਾਂ ਇਹਨਾਂ ਬਜ਼ੁਰਗਾਂ ਨੇ ਆਪਣੇ ਤੱਥਾਂ ਦੇ ਆਧਾਰ 'ਤੇ ਗੱਲ ਕੀਤੀ ਹੈ। RTI ਜੇ ਕਾਗਜ਼ ਸਾਡਾ TV USA ਦੀ ਟੀਮ ਨੂੰ ਸੌਂਪੇ ਹੈ ਵੀ ਤੁਸੀਂ ਦੇਖ ਲਓ ਕਿ ਅਸੀਂ ਗੱਲ ਤਾਂ ਸਹੀ ਹਾਂ, ਤਾਂ ਇਹ ਦੇਖਣਾ ਬਣਦਾ ਹੈ ਕਿ ਅੱਜ ਜਿਸ ਛੱਪੜ 'ਤੇ ਕੰਮ ਚੱਲ ਰਿਹਾ ਹੈ ਉਹ ਇਹਨਾਂ ਦੀ RTI ਦੇ ਬਦੌਲਤ ਹੀ ਚੱਲ ਰਿਹਾ ਹੈ। ਕਾਗਜ਼ਾਂ ਦੇ ਜਦੋਂ ਆਪਾਂ ਪ੍ਰੂਫ ਦੇਖੀਏ ਤਾਂ ਇਹ ਬਜ਼ੁਰਗਾਂ ਨੇ RTI ਦੁਆਰਾ ਇਸੇ ਪੰਚਾਇਤ ਦੇ ਵਿੱਚੋਂ RTI ਦੁਆਰਾ ਇਹਨਾਂ ਨੇ ਜਿਹੜੇ ਕਾਗਜ਼ ਪ੍ਰਾਪਤ ਕੀਤੇ ਹੈ, ਇਹ ਕਾਗਜ਼ ਡਾਕੂਮੈਂਟਸ ਮੌਜੂਦ ਹੈ ਕਿ ਇਸ ਛੱਪੜ ਦਾ ਪੈਸਾ 2020 ਦੇ ਵਿੱਚ ਹੈ ਪਿੰਡ ਦੇ ਖਰਚ ਰਜਿਸਟਰਾਂ ਵਿੱਚੋਂ, ਪਿੰਡ ਦੇ ਬੈਂਕ ਖਾਤੇ ਵਿੱਚੋਂ ਨਿਕਲ ਚੁੱਕਿਆ ਹੈ। ਪਰ ਇਹ ਪੈਸਾ ਤੁਹਾਡੇ ਸਾਹਮਣੇ ਅੱਜ ਲੱਗ ਰਿਹਾ ਹੈ, ਇਹ ਕਿਉਂ ਲੱਗ ਰਿਹਾ ਹੈ? ਕਿਉਂਕਿ ਇਹਨਾਂ ਬਜ਼ੁਰਗਾਂ ਨੇ RTI ਦੁਆਰਾ ਕਾਗਜ਼ ਪ੍ਰਾਪਤ ਕੀਤੇ ਹੈ ਅਤੇ ਇਸ ਛੱਪੜ ਦਾ ਇਹਨਾਂ ਨੇ ਇਨਕੁਆਇਰੀ ਕਰਵਾਈ ਹੈ। ਅੱਜ ਇਨਕੁਆਇਰੀ ਤੋਂ ਬਚਣ ਵਾਸਤੇ ਇਹ ਛੱਪੜ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ। ਜੇਕਰ RTI ਦੁਆਰਾ ਇਹਨਾਂ ਨੇ ਰਿਕਾਰਡ ਨਹੀਂ ਮੰਗਣਾ ਸੀ ਤਾਂ ਸ਼ਾਇਦ ਇਸ ਛੱਪੜ ਦਾ ਕੰਮ ਨਹੀਂ ਆਉਣਾ ਸੀ। ਇਸ ਜਿਹੜੀ ਗ੍ਰਾਂਟ ਹੈ ਇਹਨੂੰ ਇਹਦਾ ਕਪੜਾ ਜਿਹੜਾ ਹੈ ਉਹ ਕਰ ਦਿੱਤਾ ਜਾਣਾ ਸੀਗਾ। ਤਾਂ RTI ਇੱਕ ਡਿਵੈਲਪਮੈਂਟ ਨੂੰ ਕੰਮ ਨੂੰ ਰੋਕਣ ਵਾਸਤੇ ਨਹੀਂ ਆਉਂਦੀ, RTI ਇਸ ਵਾਸਤੇ ਆਉਂਦੀ ਹੈ ਕਿ ਉਹ ਜਿਹੜੇ ਕੰਮ ਹੈ ਉਹ ਉਜਾਗਰ ਹੋਣ। ਬਜ਼ੁਰਗ ਦਾ ਕਹਿਣਾ ਹੈ ਕਿ ਮੇਰਾ ਕੰਮ ਇਸ ਪਿੰਡ ਦੀ ਡਿਵੈਲਪਮੈਂਟ ਨੂੰ ਰੋਕਣਾ ਨਹੀਂ ਹੈ, ਮੇਰਾ ਕੰਮ ਇਹ ਹੈ ਕਿ ਜੋ ਪੈਸਾ ਇਸ ਪਿੰਡ ਨੂੰ ਆਇਆ ਉਹ 100% ਇਸ ਪਿੰਡ ਨੂੰ ਲੱਗਣਾ ਚਾਹੀਦਾ ਹੈ। ਤਾਂ MLA ਸਾਹਿਬ ਤੁਹਾਨੂੰ ਵੀ ਕੁਛ ਸਵਾਲ ਹੈ ਕਿ ਜਿਹੜੇ ਤੁਸੀਂ ਇਹਨਾਂ ਬਜ਼ੁਰਗਾਂ 'ਤੇ, ਇੱਕ 60 ਸਾਲਾ ਬਜ਼ੁਰਗ ਜਿਹੜੇ ਨੇ ਇੰਨੀ ਮਿਹਨਤ ਕੀਤੀ ਹੈ, ਅੱਜ ਤੁਸੀਂ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਮੁਲਾਜ਼ਮਾਂ ਦਾ, ਉਸ ਸਰਪੰਚ ਦਾ ਤੁਸੀਂ ਸਾਥ ਦਿੰਦੇ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਹੋ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਸਰਪੰਚ MLA ਸਾਹਿਬ ਤੁਸੀਂ ਪਹਿਲਾਂ ਕਾਂਗਰਸੀ ਰਹੇ ਹੋ ਅਤੇ ਸਰਪੰਚ ਵੀ ਕਾਂਗਰਸੀ ਹੈ, ਤਾਂ ਤੁਸੀਂ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਅੱਜ ਸਪੋਰਟ ਕਹਿ ਸਕਦੇ ਹਾਂ ਜਾਂ ਉਹਨਾਂ ਗਲਤ ਬੰਦਿਆਂ ਦੇ ਵਿਚਾਰ ਦੇ ਤੁਸੀਂ ਤੁਰ ਪਏ ਹੋ। ਪਰ ਹਕੀਕਤ 'ਚ ਇਹ ਹੈ ਕਿ ਜਿਹੜੇ ਬੰਦਿਆਂ ਨੇ RTI ਮੰਗੀ ਹੈ ਉਹਨਾਂ ਨੇ ਕੰਮ ਨੂੰ ਨਹੀਂ ਰੋਕਿਆ, ਬਲਕਿ ਇਹਨਾਂ ਦਾ ਇਹ ਕਹਿਣਾ ਹੈ ਕਿ 100% ਮੇਰੇ ਪਿੰਡ ਦਾ ਕੰਮ ਹੋਣਾ ਚਾਹੀਦਾ ਹੈ। ਘੱਟੋ ਘੱਟ ਬਜ਼ੁਰਗਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਈਆ ਇਸ ਪਿੰਡ ਦਾ ਕਪਲਾ ਸਾਹਮਣੇ ਆਏਗਾ, ਅਤੇ ਸਾਰੇ ਤੱਥਾਂ ਦੇ ਆਧਾਰ 'ਤੇ ਬਜ਼ੁਰਗ ਸਬੂਤ ਦਿੰਦੇ ਨੇ। ਇਸ ਤੋਂ ਵੱਡਾ ਵੀ ਕੋਈ ਸਬੂਤ ਨਹੀਂ ਹੋ ਸਕਦਾ ਕਿ ਇੱਕੋ ਟਾਈਮ ਇੱਕੋ ਵਿਅਕਤੀ ਦੀ 2 ਜਗ੍ਹਾ ਤਿਆੜੀ, ਇੱਕੋ ਦਿਨ, ਇੱਕੋ ਸੇਮ ਡੇਜ਼ ਕਿਵੇਂ ਲੱਗ ਸਕਦੀ ਹੈ? MLA ਸਾਹਿਬ ਤੁਸੀਂ ਇਹ ਮਾਮਲਾ ਨੂੰ ਖੰਗਾਲਿਆ ਨਹੀਂ, ਪਰ ਤੁਸੀਂ ਇਹਨਾਂ 'ਤੇ ਇਲਜ਼ਾਮ ਜ਼ਰੂਰ ਲਾਤਾ ਕਿ ਇਹ 2-3 ਲੱਖ ਰੁਪਈਏ ਮੰਗਦੇ ਹੈ। ਜੇਕਰ ਇਹਨਾਂ ਬਜ਼ੁਰਗਾਂ ਨੇ 2-3 ਲੱਖ ਰੁਪਈਏ ਮੰਗਣੇ ਹੁੰਦੇ ਤਾਂ ਇਸ ਪਿੰਡ ਦੇ ਲੋਕ ਜਾਣਦੇ ਹੈ ਕਿ ਇਹਨਾਂ ਬਜ਼ੁਰਗਾਂ ਦੀ ਮਾਲੀ ਹਾਲਤ ਕਿਸ ਤਰ੍ਹਾਂ ਦੀ ਹੈ। ਇਹ ਸਬੂਤ ਦੇਣਗੇ ਇਸ ਗੱਲ ਦਾ ਕਿ ਮੇਰੀ ਮਾਲੀ ਹਾਲਤ ਕਿਸ ਤਰ੍ਹਾਂ ਦੀ ਹੈ। ਤੁਸੀਂ ਮਾਮਲਾ ਨੂੰ ਖੰਗਾਲਣ ਦੀ ਬਜਾਏ ਦੋਸ਼ੀਆਂ ਦੀ ਸਪੋਰਟ ਕਰਨਾ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਹੈ। MLA ਸਾਹਿਬ ਤੁਸੀਂ ਇਹ ਕਿਹਾ ਹੈ ਕਿ RTI ਲਾ ਕੇ RTI ਤੋਂ ਡਿਵੈਲਪਮੈਂਟ ਰੁਕਦੀ ਹੈ, ਇਹ ਬਿਲਕੁਲ ਗਲਤ ਹੈ।
ਤੁਹਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਉਹ ਡਿਸਟ੍ਰਿਕਟ ਇੰਚਾਰਜ ਸੀਗੇ ਆਰ ਟੀ ਆਈ ਐਕਟ ਦੇ, ਉਹਨਾਂ ਨੇ ਆਰ ਟੀ ਆਈ ਉਹਨਾਂ ਨੇ ਲਾਗੂ ਕਰਵਾਇਆ ਸੀ। ਸ਼ਾਇਦ ਤੁਹਾਨੂੰ ਧਿਆਨ 'ਚ ਨਹੀਂ ਆਉਣਾ ਹੈ ਕਿਉਂਕਿ ਤੁਸੀਂ ਉਸ ਟਾਈਮ ਕਾਂਗਰਸ ਦੇ ਵਿੱਚ ਸੀਗੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਦਿੱਲੀ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਅਰਵਿੰਦ ਕੇਜਰੀਵਾਲ ਦੇ ਉਹਨਾਂ ਆਰ ਟੀ ਆਈ ਐਕਟ ਬਣਾਉਣ ਦੇ ਕਾਰਨ ਹੀ ਅੱਜ ਦਿੱਲੀ 'ਚ ਸਰਕਾਰ ਹੈ। ਅਸੀਂ ਧੰਨਵਾਦ ਕਰਦੇ ਹਾਂ, ਸਾਡੀ ਟੀਮ ਧੰਨਵਾਦ ਕਰਦੀ ਹੈ ਅਰਵਿੰਦ ਕੇਜਰੀਵਾਲ ਜੀ ਦਾ, ਜੋ ਕਿ ਉਹਨਾਂ ਨੇ ਇਹ ਐਕਟ ਬਣਾਇਆ ਅਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਨੇ ਉਹ, ਅਤੇ ਅੱਜ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣੀ ਹੈ। ਪਰ ਅੱਜ ਇੱਕ ਆਮ ਆਦਮੀ ਪਾਰਟੀ ਦਾ ਐੱਮ ਐੱਲ ਏ ਸਾਹਿਬ ਇਹੋ ਜਿਹੇ ਬਿਆਨ ਦੇਣ, ਇੱਕ ਆਰ ਟੀ ਬਜ਼ੁਰਗ ਨੇ ਲਾਈ ਹੈ ਉਸ ਦੇ ਬਾਬਤ, ਅੱਜ ਸਾਰੇ ਪਿੰਡ ਨੂੰ ਇੱਕ ਬਲੈਕਮੇਲਰ ਪਿੰਡ ਕਹਿਣਾ, ਐੱਮ ਐੱਲ ਏ ਸਾਹਿਬ ਤੁਹਾਡੇ ਲਈ ਇਹ ਬੜਾ ਮੰਦਭਾਗਾ ਬਿਆਨ ਹੈ, ਤਾਂ ਲੋਕਾਂ ਦੇ ਵਿੱਚ ਵੀ ਇਸ ਤੋਂ ਲੋਕਾਂ ਦੇ ਦਿਲਾਂ ਦੇ ਠੇਸ ਪਹੁੰਚੀ ਹੈ ਕਿ ਆਰ ਟੀ ਆਈ ਲਾਉਣਾ ਗੁਨਾਹ ਹੈ, ਕਿ ਆਰ ਟੀ ਆਈ ਲਾ ਕੇ ਪੂਰੇ ਪਿੰਡ ਨੂੰ ਇਹ ਬਿਆਨ ਦੇਣਾ ਕਿ ਇੱਕ ਐੱਮ ਐੱਲ ਏ ਸਾਹਿਬ ਲਈ ਸ਼ੋਭਾ ਦਿੰਦਾ, ਇਹ ਸ਼ੋਭਾ ਨਹੀਂ ਦਿੰਦਾ। ਪਰ ਕੁਛ ਗੱਲਾਂ ਇਹੋ ਜਿਹੀਆਂ ਨੇ, ਜੇਕਰ ਅੱਜ 70 ਸਾਲਾਂ ਬਜ਼ੁਰਗ ਜਿਨ੍ਹਾਂ ਨੇ ਇਹ ਪ੍ਰਯਾਸ ਕੀਤਾ ਉਹ ਅੱਜ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਕਹਿੰਦੇ ਨੇ ਕਿ ਮੇਰੇ ਨਾਲ ਪ੍ਰੈਸ ਕਾਨਫਰੰਸ ਰੱਖੀ ਜਾਣ, ਅਤੇ ਪਿੰਡ ਦੀ ਸੱਤ ਵਿੱਚ ਜਾਂ ਕਿਸੇ ਖਾਸ ਜਗ੍ਹਾ 'ਤੇ ਪੂਰੀ ਪ੍ਰੈਸ ਹੋਵੇ। ਪ੍ਰੈਸ ਦਾ ਕੰਮ ਹੁੰਦਾ ਸੱਚਾਈ ਨੂੰ ਦਿਖਾਉਣਾ, ਤਾਂ ਪੂਰੀ ਇਸ ਨੈਸ਼ਨਲ ਪ੍ਰੈਸ ਨੂੰ ਮੀਡੀਆ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਇਹਨਾਂ ਬਜ਼ੁਰਗਾਂ ਦੀ ਗੱਲ ਸੁਣਨ, ਇਹਨਾਂ ਬਜ਼ੁਰਗਾਂ ਦੇ ਜਿਹੜੇ ਡਾਕੂਮੈਂਟਸ ਹੈ ਜਿਹੜੇ ਇਹਨਾਂ ਨੇ ਆਰ ਟੀ ਆਈ ਦੁਆਰਾ ਪ੍ਰਾਪਤ ਕੀਤੇ ਹੈ, ਇਹਨਾਂ ਦੀ ਸੱਚਾਈ ਲੋਕਾਂ ਨੂੰ ਦੱਸਣ, ਕਿਉਂਕਿ ਇੱਕ ਮੀਡੀਆ ਦਾ ਕੰਮ ਹੁੰਦਾ ਲੋਕਾਂ ਨੂੰ ਸੱਚਾਈ ਦੱਸਣਾ, ਅਤੇ ਇਹੋ ਜਿਹੇ ਖੁਲਾਸੇ ਜਿਹੜੇ ਹੈ ਉਹ ਲੋਕਾਂ ਦੇ ਸਾਹਮਣੇ ਰੱਖਣੇ। ਪਿੰਡ ਦੇ ਵਿੱਚ ਹੋਰ ਵੀ ਕਾਫੀ ਘਪਲੇ ਹੈ, ਜੇਕਰ ਐੱਮ ਐੱਲ ਏ ਸਾਹਿਬ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਇਹਨਾਂ ਬਜ਼ੁਰਗਾਂ ਦੀ ਗੱਲ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜ਼ਰੂਰ ਪਹੁੰਚੋ, ਅਤੇ ਇਹਨਾਂ ਬਜ਼ੁਰਗਾਂ ਦੇ ਦੀ ਜਿਹੜੀ ਗੱਲ ਹੈ ਜਿਹੜੇ ਆਰ ਟੀ ਆਈ ਦੁਆਰਾ ਇਹਨਾਂ ਨੇ ਕਾਗਜ਼ ਪ੍ਰਾਪਤ ਕੀਤੇ ਹੈ, ਇਹਨਾਂ ਦੀ ਇਹਨਾਂ ਕਾਗਜ਼ਾਂ ਨੂੰ ਖੰਗੋੜੋ। ਅਤੇ ਨੈਸ਼ਨਲ ਬਜ਼ੁਰਗਾਂ ਦਾ ਕਹਿਣਾ ਹੈ ਕਿ ਮੇਰੇ ਨਾਲ ਜਦੋਂ ਗੱਲ ਕਰਨ ਤਾਂ ਪ੍ਰੈਸ ਜਿਹੜਾ ਸਰਪੰਚ ਦਾ ਪਤੀ ਕ੍ਰਿਸ਼ਨ ਕੁਮਾਰ ਜਿਹੜਾ ਕਹਿੰਦਾ ਸੀਗਾ ਕਿ ਇਸ ਛੱਪੜ 'ਤੇ ਸਟੇਅ ਹੋਇਆ, ਤਾਂ ਇਹ ਬਜ਼ੁਰਗਾਂ ਨੇ ਉਹ ਕਾਗਜ਼ ਦੇਣਗੇ ਕਿ ਜੇਕਰ ਅੱਜ ਤੋਂ 2 ਸਾਲ ਪਹਿਲਾਂ ਇਸ ਛੱਪੜ ਦਾ ਸਟੇਅ ਹੋਇਆ ਸੀ ਤਾਂ ਉਹ ਕਾਗਜ਼ ਉਹ ਇਸ ਬਜ਼ੁਰਗ ਨੂੰ ਸੌਂਪਣ, ਇਹਨਾਂ ਨੂੰ ਦਿਖਾਉਣ ਕਿ ਇਹ ਸਟੇਅ ਹੋਇਆ, ਕੋਈ ਇਸ ਛੱਪੜ 'ਤੇ ਸਟੇਅ ਛੱਪੜ ਬਣਾਉਣ ਲੱਗੇ ਲੋਕਾਂ ਨੇ ਰੋਕਿਆ ਵੀ ਇਹ ਛੱਪੜ ਨਹੀਂ ਬਣਨਾ ਚਾਹੀਦਾ, ਇਹਦੀ ਬੇਨਤੀ ਹੋਣੀ ਚਾਹੀਦੀ, ਫਲਾਨਾ ਹੋਣੀ ਚਾਹੀਦੀ, ਸਾਡੇ ਅੱਜ ਆਏ ਨਹੀਂ ਸਾਹਿਬ ਦੇਵਾਂਗਾ। ਬਜ਼ੁਰਗਾਂ ਦਾ ਇਹ ਕਹਿਣਾ ਜੇਕਰ ਸਟੇਅ ਹੋਇਆ ਸੀ ਤਾਂ ਅੱਜ ਸਟੇਅ ਕਿਵੇਂ ਟੁੱਟ ਗਿਆ, ਅੱਜ ਕੰਮ ਕਿਵੇਂ ਚੱਲੀ ਜਾਂਦਾ। ਉਸ ਟਾਈਮ ਸਰਪੰਚ ਸਾਹਿਬ ਕਹਿੰਦੇ ਨੇ ਕਿ ਇਸ ਛੱਪੜ 'ਤੇ ਸਟੇਅ ਹੋਇਆ, ਤਾਂ ਸਰਪੰਚ ਸਾਹਿਬ ਤੁਹਾਨੂੰ ਇੱਕ ਸਵਾਲ ਬਣਦਾ ਸਰਪੰਚ ਦੇ ਪਤੀ ਕ੍ਰਿਸ਼ਨ ਕੁਮਾਰ ਨੂੰ ਕਿ ਤੁਸੀਂ ਇਹ ਤੁਸੀਂ ਖੜ੍ਹੇ ਹੋ, ਤੁਸੀਂ ਇਸ ਛੱਪੜ 'ਤੇ ਇਸ ਗਲੀ ਦਾ ਕਬਜ਼ਾ ਤੁਸੀਂ ਖੁਦ ਖੜ ਕੇ ਕਰਾ ਰਹੇ ਹੋ, ਤੁਹਾਡੇ 'ਤੇ ਇਹ ਇਲਜ਼ਾਮ ਸਾਬਿਤ ਹੁੰਦਾ ਕਿ ਤੁਸੀਂ ਕੋਲੇ ਖੜ ਕੇ ਇਸ ਗਲੀ ਦਾ ਜਿਹੜਾ ਕਬਜ਼ਾ ਹੈ ਉਹ ਤੁਸੀਂ ਕਰਾ ਰਹੇ ਹੋ। ਕ੍ਰਿਸ਼ਨ ਕੁਮਾਰ ਜੀ ਤੁਸੀਂ ਖੜ੍ਹੇ ਹੋ, ਅਤੇ ਤੁਸੀਂ ਪਰੂਫ ਕੀ ਕਰਦੇ ਹੋ, ਐੱਮ ਐੱਲ ਏ ਸਾਹਿਬ ਨੂੰ ਕੀ ਗੁੰਮਰਾਹ ਕਰ ਰਹੇ ਹੋ ਕਿ ਇਸ ਗਲੀ ਇਸ ਛੱਪੜ ਦਾ ਸਟੇਅ ਹੋਇਆ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਇੱਥੇ ਬਣਦਾ ਹੈ ਕਿ ਜਿਹੜੀਆਂ ਇੱਟਾਂ ਇਸ ਛੱਪੜ ਦੇ ਪਹੁੰਚ ਹੋ ਚੁੱਕੀਆਂ ਨੇ, ਤਾਂ ਅੱਜ ਜਦੋਂ ਬਲਰਾਮ ਜੀ ਨੇ ਇੱਕ ਤਾਇਆ ਨੇ ਇਹ ਮਾਮਲਾ ਚੰਡੀਗੜ੍ਹ ਤੱਕ ਪਹੁੰਚਾਇਆ, ਤਾਂ ਅੱਜ ਉਹ ਲਿਖ ਕੇ ਦੇ ਰਹੇ ਨੇ ਕਿ 58,000 ਇੱਟਾਂ ਅਸੀਂ ਇਸ ਛੱਪੜ ਦੀਆਂ ਪੈਂਡਿੰਗ ਨੇ। ਜੇਕਰ 2 ਸਾਲ ਪਹਿਲਾਂ ਇਸ ਛੱਪੜ ਦੀ 58,000 ਇੱਟਾਂ ਪੈਂਡਿੰਗ ਨੇ, ਤਾਂ ਇੱਥੇ ਇੱਕ ਸਵਾਲ ਬਣਦਾ ਹੈ ਕਿ ਪਿੰਡ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਵਿਕਾਸ ਦੇ ਕੰਮ ਹੋਏ ਤਾਂ ਫਿਰ ਇਸ ਇੱਟਾਂ ਨੂੰ ਟਰਾਂਸਫੋਰ ਕਿਉਂ ਨਹੀਂ ਕੀਤਾ ਗਿਆ। ਅੱਜ ਇੱਕ 70 ਸਾਲਾਂ ਬਜ਼ੁਰਗ ਹੈ, ਕਚਹਿਰੀਆਂ ਦੇ ਚੱਕਰ ਕੱਟ ਰਿਹਾ, ਕਮਿਸ਼ਨਰ ਦੇ ਚੱਕਰ ਕੱਟ ਰਿਹਾ, ਆਪਣੀ ਆਰ ਟੀ ਆਈ ਦੇ ਕਾਗਜ਼ ਲੈਣ ਵਾਸਤੇ ਸਵੇਰੇ 4 ਵਜੇ ਉੱਠ ਕੇ ਉਹ ਚੰਡੀਗੜ੍ਹ ਦੇ ਗੇੜੇ ਲਾ ਰਿਹਾ, ਅਤੇ ਚੰਡੀਗੜ੍ਹ ਜਾਣ ਤੋਂ ਬਾਅਦ ਵੀ ਉਹਨੂੰ ਕਾਗਜ਼ ਨਹੀਂ ਦਿੱਤੇ ਜਾਂਦੇ, ਉਹਨੂੰ ਪੰਚਾਇਤ ਵੱਲੋਂ ਐਫੀਡੇਟ ਦਿੱਤੇ ਜਾਂਦੇ ਹੈ। ਇਹੋ ਜਿਹੇ ਕਾਫੀ ਬਲਰਾਮ ਜੀ ਦੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇਣ ਵਾਸਤੇ ਅਤੇ ਇਹ ਜਵਾਬ ਲੈਣ ਵਾਸਤੇ ਤਿਆਰ ਨੇ। ਇਹਨਾਂ ਦਾ ਕਹਿਣਾ ਕਿ ਮੇਰੇ ਨਾਲ ਪ੍ਰੈਸ ਕਾਨਫਰੰਸ ਰੱਖੀ ਜਾਵੇ, ਉਸ ਕਾਨਫਰੰਸ ਦੇ ਵਿੱਚ ਐੱਮ ਐੱਲ ਏ ਸਾਹਿਬ ਹੋਣ, ਅਤੇ ਸਰਪੰਚ ਦਾ ਪਤੀ ਅਤੇ ਸਰਪੰਚ ਕ੍ਰਿਸ਼ਨ ਕੁਮਾਰ
ਉਹ ਵੀ ਨਾਲ ਹੋਣ ਤੇ ਲੋਕ ਵੀ ਉਸ ਸੱਤ ਦੇ ਵਿੱਚ ਮੌਜੂਦ ਹੋਣ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਖਿਰ ਮਾਮਲਾ ਹੈ ਕੀ। ਇਹ ਲੋਕਾਂ ਨੂੰ, ਪਿੰਡ ਦੇ ਲੋਕਾਂ ਨੂੰ ਤੇ ਵਿਭਾਗ ਨੂੰ ਤੇ MLA ਸਾਹਿਬ ਨੂੰ ਗੁੰਮਰਾਹ ਕਰਨ ਵਾਲੀ ਜਿਹੜੀ ਗੱਲ ਹੈ ਇਹ ਸਾਬਿਤ ਹੋ ਸਕੇ। ਤਾਂ ਬਲਰਾਮ ਜੀ ਤਾਊ ਦਾ ਕਹਿਣਾ ਹੈ ਕਿ ਮੀਡੀਆ ਇਸ ਦੇਸ਼ ਦਾ ਚੌਥਾ ਥੰਮ ਹੈ। ਉਹਨਾਂ ਨੇ ਅਪੀਲ ਕੀਤੀ ਹੈ ਸਾਰੇ ਮੀਡੀਆ ਨੂੰ ਕਿ ਉਹ ਮੇਰੀ ਗੱਲ ਸੁਣਨ, ਮੇਰੇ ਡਾਕੂਮੈਂਟਸ ਦੇਖਣ ਤੇ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਇਹ ਸੱਚਾਈ ਲੋਕਾਂ ਦੇ ਸਾਹਮਣੇ ਰੱਖ ਸਕਣ। ਵੀਡੀਓ ਨੂੰ ਅਬੋਹਰ ਅਤੇ ਖੁਈਆਂ ਬਲਾਕ ਵਿੱਚ ਕੌਣ ਲੈ ਕੇ ਆਇਆ ਤੇ ਅੱਜ ਉਹ ਕਿਉਂ ਸਸਪੈਂਡ ਹੋਏ, ਇਹ ਤਾਂ ਪੰਚਾਇਤ ਮੰਤਰੀ ਧਾਲੀਵਾਲ ਜੀ ਦਾ ਬੜਾ ਵਧੀਆ ਉਪਰਾਲਾ ਸੀ ਕਿ ਪਿੰਡ ਦੇ ਲੋਕ ਉਹਨਾਂ ਕੋਲ ਸ਼ਿਕਾਇਤਾਂ ਲੈ ਕੇ ਗਏ ਤੇ ਉਹਨਾਂ ਨੇ ਉਹਨਾਂ ਨੂੰ ਸਸਪੈਂਡ ਕੀਤਾ। ਪਰ ਉਹਨਾਂ ਨੂੰ ਲੈ ਕੇ ਕੌਣ ਆਏ, ਇਹ ਦੇਖਣ ਵਾਲਾ ਵਿਸ਼ਾ ਬਣਦਾ ਹੈ। ਅੱਜ ਜਦੋਂ ਪਿੰਡ ਧਰਮਪੁਰਾ ਦੇ ਪ੍ਰਬੰਧਕ ਨੇ ਐਡੇ ਐਡੇ ਕਪਲੇ ਕੀਤੇ ਹੈ ਤੇ ਬਲਰਾਮ ਜੀ ਨੇ RT ਦੁਆਰਾ ਉਹ ਕਪਲੇ ਉਜਾਗਰ ਕੀਤੇ ਹੈ ਤਾਂ ਜਿਸ ਅਧਿਕਾਰੀ ਉੱਤੇ ਅੱਜ ਵੀ ਇਨਕੁਆਇਰੀ ਚੱਲਦੀ ਹੋਵੇ ਉਹ ਅਧਿਕਾਰੀ ਹੀ ਇਸ ਪਿੰਡ 'ਤੇ ਕਿਵੇਂ ਲਾ ਸਕਦੇ ਹੈ? ਇਹ ਇੱਕ ਵੱਡੇ ਇਲਜ਼ਾਮ ਲੱਗਦੇ ਹੈ ਇਸ ਪਿੰਡ 'ਚੋਂ ਜਿੰਨੀ ਵੀ RTI ਕੰਪਲੇਂਟਾਂ ਪਈਆਂ ਤੁਹਾਡੇ ਨਾਂ ਤੋਂ ਪਈਆਂ। ਅੱਜ ਇਹ ਪਿੰਡ ਦੇ ਲੋਕ ਕਿਉਂ ਬੁਖੜਾਏ ਹੋਏ ਹੈ, ਕਿਉਂ ਤੁਹਾਡੇ 'ਤੇ ਇਹ ਇਲਜ਼ਾਮ ਰੱਖਦੇ ਹੈ? ਕੀ ਤੋਂ ਤੁਸੀਂ ਪੈਸੇ ਮੰਗੇ ਹੈ? MLA ਸਾਹਿਬ ਖੁਦ ਪਿੰਡ 'ਚ ਇਹ ਗੱਲ ਕਹਿ ਕੇ ਗਏ ਹੈ ਕਿ ਜਿਹੜੇ RTI ਲਾਉਂਦੇ ਆ ਉਹ ਪੈਸੇ ਮੰਗਦੇ ਹੈ, ਤਾਂ ਤੁਸੀਂ ਕਿਹਦੇ ਕੋਲੋਂ ਪੈਸੇ ਮੰਗੇ ਹੈ? ਤੁਸੀਂ ਅੱਜ ਮੀਡੀਆ ਰੂਬਰੂ ਹੋਏ ਹੋ, ਮੀਡੀਆ ਨੂੰ ਕੀ ਕਹਿਣਾ ਚਾਹੋਗੇ? ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਇਹਦੇ ਬਾਬਤ? ਦੇਖੋ ਜੀ, RTI ਲਗਾਉਣਾ ਇੱਕ ਮੌਲਿਕ ਅਧਿਕਾਰ ਹੈ। RTI ਲਗਾ ਕੇ ਹੀ ਕਾਗਜ਼ ਮਿਲਿਆ ਹੈ। RTI ਬਿਨਾਂ ਤੋਂ ਮੈਨੂੰ ਕੋਈ ਕਾਗਜ਼ ਕੌਣ ਮਿਲਿਆ? RTI ਅਪਰੂਵ ਪਰ ਹੀ ਬਾਤ ਕਰਾਂ। ਜਦ ਕੰਪਲੇਂਟ ਗੱਲੀ ਹੈ, ਕੰਪਲੇਂਟ ਕਰ ਲਾਂ ਬਾਅਦ ਮੈਂ ਜਵਾਬ ਮੈਂ ਕੁਛ ਦੇਣ ਲੱਗ ਰਿਹਾ। ਇਹ ਜਮ੍ਹਾਂ ਫਸ ਚੁੱਕਿਆ, ਇਹਨ ਬੁਖਲਾ ਗਿਆ। MLA ਹੈਗਾ ਨਾ, ਹਾਂ ਦਾਵ ਦੇ ਕੇ MLA ਇੱਕ ਨੂੰ ਸ਼ਬਦ ਕੁਹਾਈ ਹੋਏ ਵੀ RTI ਐਕਟ ਲਗਾਵਾ, ਕੁਝ ਲੋਕ ਮਾਂਗ ਬਲੈਕਮੇਲ ਕਰੇ। ਕੋਈ ਆਦਮੀ ਇਹ ਚੀਜ਼ ਨਾ ਸਾਬਿਤ ਕਰਦੇ ਵੀ ਆਜ ਤੱਕ ਨੂੰ ਕੋਈ ਪੀਸੋ ਮੰਗੀ ਹੋਏ। RTI ਲੈਣ ਵਾਸਤੇ ਚੰਡੀਗੜ੍ਹ ਤੱਕ ਮੈਨੇ ਦਿਨ ਰਾਤ ਚੱਲਣਾ ਪੜਿਆ। ਇਹ ਵਾਸਤੇ ਮੰਨ ਲਓ ਇਕੱਠੇ ਚੌਕੇ ਜਾ ਕੇ ਐਕਟ ਮੰਨ ਲਓ ਜਿਹਾ ਕਿ ਸਟੇ ਹੈ, ਇਕੱਠੀ ਮੰਨ ਲਓ ਸੜਕ ਖੁਦ ਆਪ ਸਰਪੰਚ ਮੌਕਾ ਪਰ ਕੰਨੇ ਖੜ ਕੇ ਬੁਲਾਉਣ ਲੱਗ ਰਹੇ ਹੈ। ਤੁਸੀਂ ਕਿੰਨਾ ਕੁ ਰੁਪਇਆਂ ਦਾ ਕਪਲਾ ਜਿਹੜਾ ਲੋਕ ਇਹਨਾਂ ਸਰਪੰਚ ਦੁਆਰਾ ਕੀਤਾ ਗਿਆ ਉਜਾਗਰ ਕੀਤਾ, ਕਿੰਨੇ ਕੁ ਰੁਪਇਆਂ ਦਾ ਹੋਣਾ ਹੈ? ਦੇਖੋ ਜੀ, ਇੱਕ ਸਾਲ ਦੇ ਅੰਦਰ 2021 ਦੇ ਅੰਦਰ 1 ਕਰੋੜ ਰੁਪਏ ਗ੍ਰਾਂਟ ਪੂਰੀ ਨੈੱਟ ਜੋੜ ਲਗਾ ਲਈ ਮੈਂ, 1 ਕਰੋੜ ਗ੍ਰਾਂਟ ਆਈ ਹੈ। ਵਿੰਗ ਹੈ ਮੈਂ 25 ਲੱਖ ਕੋ ਤੋਂ ਕੇਸ ਲਗਾ ਦੀ, ਉਹ 25 ਲੱਖ ਇੰਟਰਲੋਕ ਜੋ ਲੀਓ ਖਰੀਦੇ ਹੈ, ਉਹ ਇੰਟਰਲੋਕ ਕੋ ਜੇ ਔਰ ਬਾਕੀ ਪੜੇ ਹੈ। ਘੱਟੋ ਘੱਟ ਇੱਕ ਸਾਲ ਦੇ ਅੰਦਰ 50 ਲੱਖ ਕੋ ਤੋਂ ਗਪਲੋਸ ਦੇ ਸਰਿਆਮ ਪੜੇ ਹੈ ਸਪਸ਼ਟ। ਬਾਕੀ RTI ਸਟੇਟ ਕਮਿਸ਼ਨ ਦੇ ਚੱਲਣ ਲੱਗ ਰਿਹਾ ਕੇਸ, ਅਜੇ ਮੈਨੇ ਕੋਈ RTI ਕੌਣ ਦੇਣ ਲੱਗ ਰਿਹਾ ਕਾਗਜ਼? 6 ਵਾਰ ਤਰੀਕਾ ਤੋਂ ਚੰਡੀਗੜ੍ਹ ਗਏ ਪੁੱਛ ਚੁੱਕਿਆ ਮੈਂ। MLA ਸਾਹਿਬ ਨੂੰ ਕੀ ਤਕਲੀਫ ਹੋਈ ਤੁਹਾਡੀ RTI ਤੋਂ? MLA ਸਾਹਿਬ ਨੂੰ ਆਹ ਤਕਲੀਫ ਹੈ ਕਿ ਵੀ ਜੇਕਰ MLA ਕਾਂਗਰਸ ਕੋ ਬੰਦੋ, ਪਹਿਲਾਂ ਸਰਪੰਚ ਹੀ ਕਾਂਗਰਸ ਕੋ, ਔਰ ਅਬ ਵੋ ਖਾਣ ਨੇ ਪੀ ਸੁੱਖ ਮਿਲਿਆ ਕੋ ਨਹੀਂ, ਔਰ ਇਹ ਵਾਸਤੇ ਬੁਖਲਾਇਆ ਮੰਨ ਲਿਓ ਚੰਦੋ ਦੇ। ਇਸ ਗੱਲ ਦਾ ਕਿਵੇਂ ਨਿਪਟਾਰਾ ਹੋਏਗਾ? MLA ਸਾਹਿਬ ਤਾਂ ਤੁਹਾਡੇ 'ਤੇ ਇਲਜ਼ਾਮ ਲਾ ਰਹੇ ਹੈ, ਤੁਸੀਂ ਕਹਿ ਰਹੇ ਹੋ ਉਹਨਾਂ 'ਤੇ, ਤਾਂ ਫਿਰ ਇਹਦਾ ਨਿਪਟਾਰਾ ਕਿਵੇਂ ਹੋਏਗਾ? ਨਿਪਟਾਰਾ ਤੁਸੀਂ ਉਹੀ ਹੋਇਆ ਜੀ, ਪੰਚਾਇਤ ਘਰ ਮੈਂ ਆ ਜਾਓ, ਬੈਠ ਜਾਓ, ਖੁੱਲ੍ਹੋ, ਜੋ ਕੰਮ ਮੇਰੇ ਕੋਲ ਕਾਗਜ਼ ਹੈ, ਅੰਗਾ ਦੀ ਜਿਹੜਾ ਹੀ ਕਾਗਜ਼ ਹੈ, ਅੰਗਾ ਦੀ ਜਿਹੜਾ ਕਾਗਜ਼ਾਂ ਦੇ ਆਧਾਰ ਪਰ ਮੈਂ ਪਰੂਫ ਕਰੂੰਗਾ ਵੀ ਉਹ ਦੇਖੋ ਜੀ, ਉਹ ਗਫਲੋ ਉਹ ਸਾਰੋ ਡਾਕੂਮੈਂਟ ਹੈ, ਔਰ ਇਹਨੂੰ ਨਿਪਟਾਰੋ ਬੈਠੇ ਹੀ ਆਮ ਜਲਾਸ ਮੈਂ ਹੋਵੋਗੇ, ਮੀਡੀਆ ਦੇ ਥਰੂ ਹੋਵੋਗੇ। ਜੇਕਰ MLA ਸਾਹਿਬ ਪਿੰਡ ਵਿੱਚ ਆ ਜਾਣ, ਸੱਦ ਦੇ ਵਿੱਚ ਆ ਜਾਣ, ਪ੍ਰੈਸ ਕਾਨਫਰੰਸ ਰੱਖ ਲੈਣ, ਤਾਂ ਤੁਸੀਂ ਤਿਆਰ ਹੋ ਸਾਰੇ ਸਬੂਤ ਦੇਣ ਲਈ? ਬਿਲਕੁਲ, ਸਬੂਤ ਜਿੱਤਾ ਹੈ, ਸਬੂਤ ਸਾਰੇ ਬਿਲਕੁਲ ਐਨ ਕਲੀਅਰ ਕਰਾਂਗਾ। ਜੇਕਰ ਜੇਕਰ ਇਲਜ਼ਾਮ ਲਗਾਇਆ ਐਪਲੀਕੇਸ਼ਨ ਗੱਲੀ ਹੈ, ਮੈਂ ਸਾਰਾ ਐਨ ਤੱਥੇ ਪਰ ਗੱਲੀ ਹੈ। MLA ਸਾਹਿਬ ਨੇ ਕਹਿੰਦੇ ਇਸ ਪਿੰਡ ਤੋਂ ਹਰ ਕੰਪਲੇਂਟ ਝੂਠੀ ਹੈ। ਇਹ ਝੂਠੀ ਹੈ ਤਾਂ ਕਾਨਫਰੰਸ ਕਰ ਲਿਆ ਕੋਈ ਕੰਪਲੇਂਟ ਝੁੱਟੀ ਸਾਬਿਤ ਹੋ ਜਾਏਗੀ ਤਾਂ ਤੁਸੀਂ ਸਜ਼ਾ ਭੁਗਤਣ ਨੂੰ ਤਿਆਰ ਹੋ? ਬਿਲਕੁਲ ਤਿਆਰ ਹਾਂ।
गुमराह करी होगी गामगन बा कोई बात ही कोनी आपा तैयार हाँ फिर भी कॉन्फ्रेंस रखना तैयार अन्ना हजारे मान योग केजरी साहब जो अज मुख्यमंत्री दिल्ली दे है उन्होंने 1.5 साल तक आरटी वास्ते ते लोकपाल बिल वास्ते अपना धरना जारी किया सी। उस धरने सफल होने तो बाद एक कानून पास होए सी। उस तो बाद लोकां नू प्रधानमंत्री मनमोहन सिंह ने 2005 च एक कानून लागू किया जिस दी बदौलत लोकां नू थोड़ा ज्ञान आया। ज्ञान आने तो बाद जिहड़े लोग भ्रष्टाचार सी उन्हां दे खिलाफ जां कुछ अणहोनी घटनावां दे विच मुद्दे लुकोए जांदे सी उन्हां दी जानकारी वास्ते ये RTI असी मंगदे आ रहे हैं। असी किसी नूं ब्लैकमेल नहीं करता और MLA साहब जिहड़े बंदिया ने थोनू ये गुमराह किया है ये 5 लख जां 2 लख मंगदे है असी ये थोतों मंग करते हैं कि उन्हां बंदिया नूं साबित किया जाए पर उही बंदे सानू 15-15 लख 10-10 लख रुपये देने तैयार है पर असी उन्हां पैसों नूं ठोकर मारी है। असी मंगे नहीं पैसे उन्हां तों वह साढ़े ते दबा पाउंदे है साढ़े ते झूठे परचे करवाउंदे वो लोग ते असी ये मंग करते हैं भी ये साढ़े नाल क्यों जास्तियां हो रही हैं इंसाफ देने की बजाय साढ़े ते ब्लेम लाए जा रहे हैं ये क्यों लाए जा रहे हैं। MLA साहब तुसी MLA साहब नूं की तुसी प्रेस कॉन्फ्रेंस रख के MLA साहब नूं ये सारे सबूत दोगे? जी हाँ असी एक एक सबूत देंगे SSP दफ्तर चो भी देंगे DC दफ्तर का भी देंगे एजुकेशन डिपार्टमेंट का भी देंगे भी जिथे लड़की का मर्डर है वो CC कैमरिया की फुटेज क्यों नहीं दी जाती उन्होंने खिलाफ क्यों नहीं परचे हो रहे ये किते पिंड दे लोग जिहड़े MLA साहब नूं गुमराह कर रहे हैं किते वो लोग तुहाडी RTI तो बुखलाता नहीं गए वो उन्हां नूं डर हो रहा है भी कोर्ट च केस चला गया तो असीं कीता किन्ने बंदे आए क्यों मेरे नाल एक जाति तौर पर होया मेरे नाल वैसे इंसानियत तौर पर नहीं होया मेरे नाल एक जाति तौर पर क्यों मैं दलित समाज नाल रखदा मजहबी सिख भाईचारे नाल रखदा मैं उन्हां दी संतान हाँ गुरु गोबिंद सिंह दी लाडली फौज दा रंगरेटा गुरु का बेटा मैं उस दी संतान हाँ जिहदे विच मैनू बहुत उत्साह है कि गुरु महाराज ने सानू एडा वड्डा रुतबा देने दे बाद सानू सच दे राह ते चलण वास्ते और केजरीवाल और अन्ने हजारे दा धन्नवाद करदा और मनमोहन सिंह दा धन्नवाद करदा जिन्हां ने कानून बनाया जिदो जहद करके ते सानू अज इस कानून दा इंसाफ लैण वास्ते सानू कागज मिलदे है जिस दे बाबत असीं अग्गे दी तैयारियां असीं फिर बेनती करदे हां पिंड दे समूह लोकां नूं ते MLA साहब नूं ते उच्च अधिकारियों नूं भी एक सत्त दे विच जां साडी धर्मशाला विच जो SC समाज दी उहदे विच बैठन ते असीं तत्थां दे आधार ते गल करन नूं तैयार हाँ जो मर्जी किस तरह दा होए जे अगर जे असीं गलत होईए जो पिंड दा कहेगा भी अज पिंड घर छड के चले हो असीं पूरा घर वेच के चले जावांगे इत्थों पिंड च नहीं रहांगे पर जो साडे नाल अणहोनी घटना होई है देखो वक्त दा विचार करो मेरा लड़का BTECH सिविल इंजीनियर करदा सी उहनूं लड़की दे सदमे दे दौरान अखां तों अन्ना हो गया उन्हें दिखाई नहीं दिता सी और मेरे नाल जो वाकया मैनू उच्चा सुन लग गया मेरी घरवाली अज डिप्रेशन च है कि इन्हां लोकां ने मेरे ते इन्ने अत्याचार किए क्यों किए क्यों एक बरादरी बेस ते किए गए मेरे नाल वैसे नहीं किए बरादरी बेस ते और जो बंदे अज ये पैसे दी कह रहे है ये सिर्फ झूठे ते बेबुनियाद कि डर चुके है भी कल नूं साडे नाल की होना कानून दे दायरे।